ਪੰਜਾਬ 'ਚ 8 ਪੈਸੇ ਪ੍ਰਤੀ ਕਿਲੋਮੀਟਰ ਬੱਸਾਂ ਦੇ ਕਿਰਾਏ ਵਧੇ ਨੇ। ਸਾਡੇ ਨਾਲ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੁਹਾੜ ਨੇ। ਕੁਹਾੜ ਸਾਹਿਬ, ਲੋਕਾਂ ਦਾ ਇਹ ਕਹਿਣਾ ਕਿ ਪਹਿਲਾਂ ਹੀ ਮਹਿੰਗਾਈ ਬਹੁਤ ਸੀ, ਸਾਡੇ 'ਤੇ ਬੋਝ ਪਾਤਾ, ਤੁਸੀਂ ਇਹ ਡਿਸੀਜ਼ਨ ਕਿਉਂ ਲਿਆ ਗਾ? ਇਸ ਤਰ੍ਹਾਂ ਵਾ ਜੀ, ਵੀ ਇਹ ਕੈਬਨਿਟ ਵਿੱਚ ਪਾਸ ਹੋਇਆ ਕਿ ਜਿਵੇਂ ਤੇਲ ਡੀਜ਼ਲ ਵਧੇਗਾ, ਪੈਟਰੋਲ ਵਧੇਗਾ ਜਾਂ ਸਪੇਅਰ ਪਾਰਟਸ ਵਧੂਗਾ, ਉਹਦੇ ਹਿਸਾਬ ਦੇ ਨਾਲ ਆਪਣੇ ਆਪ ਐਟੋਮੈਟਿਕਲੀ ਹੀ ਵਧੂਗਾ। ਇਹ ਕੋਈ ਅਸੀਂ ਨਹੀਂ ਵਧਾਇਆ, ਇਹ ਤਾਂ ਜਿਹੜੀ ਪਾਲਿਸੀ ਆ, ਪਾਲਿਸੀ ਮੁਤਾਬਕ ਉਹਨਾਂ ਦੀ ਡਿਮਾਂਡ ਸੀ, ਜਿੰਨੇ ਵੀ ਬੱਸਾਂ ਵਾਲੇ ਪ੍ਰਾਈਵੇਟ ਸਾਰੇ ਸੀ, ਅਤੇ ਉਹਨਾਂ ਦੀ ਫਿਰ ਸਾਨੂੰ ਮੰਨਣੀ ਪੈਣੀ ਸੀ, ਕਿਉਂਕਿ ਬੱਸਾਂ ਨੇ ਤਾਂ ਖੜ੍ਹ ਜਾਂਦੀਆਂ ਅਤੇ ਉਹਦੇ ਨਾਲ ਜਨਤਾ ਦਾ ਜ਼ਿਆਦਾ ਨੁਕਸਾਨ ਸੀ। ਅਤੇ ਅਸੀਂ ਤਾਂ ਮਹਿੰਗਾਈ ਦੇ ਨਾਲ ਨਾਲ ਹੀ ਉਹਨੂੰ ਵੀ ਜੋ ਪਾਲਿਸੀ ਬਣੀ, ਪਾਲਿਸੀ ਦੇ ਅਨੁਸਾਰ ਕੀਤਾ, ਅਸੀਂ ਕੋ ਆਪਣੇ ਕੋਲੋਂ ਨਹੀਂ ਕੀਤਾ। ਅਸੀਂ ਪਿਛਲੀਆਂ ਬੱਸਾਂ ਦੇ ਕਿਰਾਏ ਨੂੰ ਲੈ ਕੇ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਹੁਣ ਲਗਾਤਾਰ ਇਹਦੇ ਵਾਧੇ ਹੁੰਦੇ ਰਹਿਣਗੇ ਇਸ ਤੋਂ ਬਾਅਦ, ਕਿਉਂਕਿ ਜਿਵੇਂ ਸੈਂਟਰ ਦੇ ਅੰਦਰ ਪਹਿਲਾਂ ਗਿਆ ਸੀ ਕਿ ਡੀਜ਼ਲ ਲਗਾਤਾਰ ਵੱਧਦਾ ਜਾਊਗਾ, ਅਗਰ ਡੀਜ਼ਲ ਲਗਾਤਾਰ ਵਧੂਗਾ ਤਾਂ ਮਤਲਬ ਫਿਰ ਵੇਖੋ, ਜੇ ਡੀਜ਼ਲ ਵੱਧਦਾ ਅਤੇ ਸਪੇਅਰ ਪਾਰਟਸ ਵੱਧਦਾ ਅਤੇ ਫਿਰ ਐਟੋਮੈਟਿਕ ਕੁਦਰਤੀ ਤਾਂ ਅਕਸਰ ਹਰ ਚੀਜ਼ਾਂ ਵਧਣਗੀਆਂ। ਹੁਣ ਜਿਵੇਂ ਟਰੱਕਾਂ ਵਾਲਿਆਂ ਨੇ ਕਿਰਾਇਆ ਵਧਾਇਆ, ਭਾੜਾ ਵਧਾਇਆ, ਤਾਂ ਉਹ ਵੀ ਹੁਣ ਉਹਨਾਂ ਨੇ ਤੇਲ ਕਰਕੇ ਵਧਾਇਆ, ਅਤੇ ਉਹਨਾਂ ਤੋਂ ਵੀ ਲੋਕ ਤਾਂ ਆਉਂਦੇ ਆ। ਲੋਕਾਂ ਦੀ ਗੱਲ ਵੀ ਜਾਇਜ਼ ਹੈ, ਪਰ ਇਹ ਕਿ ਮਹਿੰਗਾਈ ਦੇ ਨਾਲ ਨਾਲ ਤਾਂ ਚੱਲਣਾ ਪਊ, ਲੋਕਾਂ ਦੀ ਗੱਲ ਜਾਇਜ਼ ਹੈ।